ਕੱਤ ਸ਼੍ਰੀ ਕੰਦੂਸ ਤੋਂ ਸੰਡੀ ਆਈ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਇਸ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਕੂਲ ਦੇ ਜੀਵਨ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਤਾਂ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਗੁਰੂ ਨਾਨਕ ਦੇਵ ਜੀ ਇੱਕ ਸਧਾਰਨ ਬੱਚੇ ਨਹੀਂ ਸਨ ਉਹ ਆਪਣੀ ਉਮਰ ਦੇ ਬੱਚਿਆਂ ਨਾਲ ਖੇਡਦੇ ਤੇ ਹਰ ਵਾਰੀ ਨਵੇਂ ਨਵੇਂ ਖੇਡਾਂ ਲੱਭਦੇ ਰਹਿੰਦੇ ਉਹਨਾਂ ਦੇ ਸਾਰੇ ਸਾਥੀ ਨਵੇਂ ਨਵੇਂ ਖੇਡਾਂ ਖੇਡ ਕੇ ਬਹੁਤ ਖੁਸ਼ ਹੁੰਦੇ ਉਹ ਆਪਣੇ ਸਾਥੀਆਂ ਨਾਲ ਖੇਡਦੇ ਅਤੇ ਉਹਨਾਂ ਨੂੰ ਮਿੱਠੀਆਂ-ਮਿੱਠੀਆਂ ਗੋਲੀਆਂ ਖਾਣ ਨੂੰ ਦਿੰਦੇ। ਇੱਕ ਦਿਨ ਪਿੰਡ ਦਾ ਚੌਧਰੀ ਰਾਏਪੁੱਲ ਨੇ ਗੁਰੂ ਜੀ ਦੇ ਬਾਰੇ ਸੁਣਿਆ। ਜਦੋਂ ਉਸਨੇ ਖੁਦ ਆਪਣੀਆਂ ਅੱਖਾਂ ਤੋਂ ਗੁਰੂ ਜੀ ਨੂੰ ਆਪਣੇ ਸਾਥੀਆਂ ਨਾਲ ਖੇਡਦੇ ਹੋਏ ਰੱਬ ਦੀ ਉਸਤਤਿ ਦਾ ਗਾਇਨ ਕਰਦੇ ਹੋਏ ਸੁਣਿਆ ਤਾਂ ਉਸਨੇ ਆਪਣੇ ਸਾਥੀਆਂ ਨੂੰ ਕਿਹਾ ਕਿ ਇਹ ਛੋਟਾ ਬੱਚਾ ਕੋਈ ਆਮ ਬੱਚਾ ਨਹੀਂ ਹੈ। ਇਹ ਇੱਕ ਦਿਨ ਸਾਰੀ ਦੁਨੀਆ ਨੂੰ ਸਹੀ ਰਾਹ ਵਿਖਾਏਗਾ। ਜਦ ਗੁਰੂ ਜੀ 6 ਵਰਿਆਂ ਦੇ ਹੋ ਗਏ ਤਾਂ ਮਹਤਾ ਕਲੂਜੀ ਨੇ ਉਹਨਾਂ ਨੂੰ ਸਕੂਲ ਭੇਜਣ ਦਾ ਸੋਚਿਆ। ਸਕੂਲ ਦਾ ਅਧਿਆਪਕ ਪੰਡਿਤ ਕੋਪਾਲਦਾਸ ਜੋ ਪੰਜਾਬੀ ਹਿੰਦੀ ਦੇ ਸੰਸਕ੍ਰਿਤਾ ਅਧਿਆਪਕ ਸਨ ਗੁਰੂ ਜੀ ਨੇ ਆਪਣੀ ਪੜ੍ਹਾਈ ਵਿੱਚ ਧਿਆਨ ਲਗਾਉਂਦੇ ਹੋਏ ਸਭ ਕੁਝ ਬਹੁਤ ਹੀ ਜਲਦੀ ਸਿੱਖ ਲਿਆ ਪੰਡਿਤ ਇਹ ਸਭ ਕੁਝ ਵੇਖ ਕੇ ਬਹੁਤ ਹੈਰਾਨ ਹੋਇਆ ਇੱਕ ਦਿਨ ਗੁਰੂ ਜੀ ਨੇ ਆਪਣੀ ਲਿਖਣ ਵਾਲੀ ਪੱਟੀ ਉੱਤੇ ਦੋਵੇਂ ਪਾਸੇ ਕੁਝ ਲਿਖਣਾ ਸ਼ੁਰੂ ਕੀਤਾ ਜਦੋਂ ਪੰਡਿਤ ਜੀ ਨੇ ਪੜ੍ਹਿਆ ਤਾਂ ਉਸ ਪੱਟੀ ਉੱਪਰ ਗੁਰੂ ਜੀ ਨੇ ਪੰਜਾਬੀ ਦੇ ਹਰ ਅੱਖਰ ਬਾਰੇ ਅਕਾਲ ਪੁਰਖ ਦੇ ਸੰਕੇਤੀਕ ਅਰਥ ਲਿਖੇ ਸਨ ਇਹ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਆਸਾ ਵਿੱਚ ਅੰਗ 432 ਉੱਪਰ ਦਰਜ ਹੈ। ਕੁਝ ਸਮਾਂ ਬਾਅਦ ਇੱਕ ਦਿਨ ਗੁਰੂ ਜੀ ਬਹੁਤ ਸ਼ਾਂਤ ਬੈਠੇ ਸਨ। ਪੰਡਤ ਦੇ ਪੁੱਛਣ ਮਗਰੋਂ ਗੁਰੂ ਜੀ ਨੇ ਕਿਹਾ ਕਿ ਤੁਸੀਂ ਸਭ ਕੁਝ ਜਾਣਦੇ ਹੋ। ਪੰਡਤ ਨੇ ਜਵਾਬ ਦਿੱਤਾ ਹਾਂ ਮੈਨੂੰ ਵੈਦ ਸ਼ਾਸਤਰੀ ਹਿਸਾਬ ਕਿਤਾਬ ਸਭ ਕੁਝ ਆਉਂਦਾ ਹੈ। ਤਾਂ ਗੁਰੂ ਜੀ ਨੇ ਕਿਹਾ ਕਿ ਮੈਂ ਰੱਬੀ ਗਿਆਨ ਪੜਨਾ ਚਾਹੁੰਦਾ ਹਾਂ। ਪੰਡਤ ਹੈਰਾਨ ਹੋ ਗਿਆ ਤੇ ਸਮਝ ਗਿਆ ਕਿ ਗੁਰੂ ਜੀ ਕੋਈ ਆਮ ਬੱਚੇ ਨਹੀਂ ਹਨ। ਉਹ ਇੱਕ ਸੰਤਾਨ ਫਿਰ ਪੰਡਤ ਨੇ ਗੁਰੂ ਜੀ ਅੱਗੇ ਮੱਥਾ ਟੇਕ ਕੇ ਤੇ ਕਿਹਾ ਕਿ ਅੱਜ ਤੋਂ ਮੈਂ ਤੁਹਾਡਾ ਗੁਰੂ ਨਹੀਂ ਹਾਂ ਅੱਜ ਤੋਂ ਤੁਸੀਂ ਮੇਰੇ ਗੁਰੂ ਹੋ ਪੰਡਤ ਪਾਸੋਂ ਪੰਜਾਬੀ ਹਿੰਦੀ ਤੇ ਸੰਸਕ੍ਰਿਤ ਪੜਨ ਮਗਰੋਂ ਗੁਰੂ ਜੀ ਮੌਲਵੀ ਕਉਤਬ ਉਹ ਦੀਨ ਪਾਸੋਂ ਪਰਸ਼ੀਅਨ ਭਾਸ਼ਾ ਸਿੱਖਣ ਲਈ ਗਏ ਗੁਰੂ ਜੀ ਨੇ ਇੱਕ ਬਰੇ ਵਿੱਚ ਹੀ ਪਰਸ਼ੀਨ ਭਾਸ਼ਾ ਸਿੱਖ ਲਈ ਮੌਲਵੀ ਇਹ ਵੇਖ ਕੇ ਬਹੁਤ ਹੈਰਾਨ ਤੇ ਖੁਸ਼ ਹੋਇਆ ਇੱਕ ਦਿਨ ਗੁਰੂ ਜੀ ਨੇ ਮੌਲਵੀ ਪਾਸੋਂ ਪੁੱਛਿਆ ਕਿ ਪੜ੍ਹਾਈ ਲਿਖਾਈ ਸੰਦੋ ਸਰਕਾਰੀ ਨੌਕਰੀ ਤੇ ਦਿਲਾ ਸਕਦੀ ਹੈ ਹੁਕਮਰਾਨਾਂ ਦੀ ਨੌਕਰੀ ਕਰਕੇ ਅਸੀਂ ਉਹਨਾਂ ਦੇ ਹੱਥ ਦੀ ਖੇਡ ਬਣ ਕੇ ਰਹਿ ਜਾਵਾਂਗੇ ਅਸੀਂ ਰੱਬ ਨੂੰ ਭੁੱਲ ਕੇ ਦੁਨਿਆਵੀ ਲੋੜਾਂ ਨੂੰ ਪੂਰੀਆਂ ਕਰਨ ਵਿੱਚ ਲੱਗੇ ਰਹਿੰਦੇ ਹਾਂ ਇਹ ਸਾਰੀ ਪੜ੍ਹਾਈ ਬੇਕਾਰ ਹੈ ਸਾਨੂੰ ਰੱਬੀ ਗਿਆਨ ਪੜ੍ਹਨਾ ਚਾਹੀਦਾ ਹੈ ਮੌਲਵੀ ਜੀ ਅਗਰ ਤੁਸੀਂ ਇਹ ਸਭ ਕੁਝ ਪੜ੍ਹਾ ਸਕਦੇ ਹੋ ਤਾਂ ਪੜ੍ਹਾਓ ਇਹ ਸਭ ਸੁਣ ਕੇ ਮੌਲਵੀ ਕਹਿਣ ਲੱਗਿਆ ਕਿ ਅੱਜ ਤੱਕ ਮੈਂ ਤੁਹਾਡਾ ਗੁਰੂ ਸੀ ਤੇ ਅੱਜ ਤੋਂ ਬਾਅਦ ਤੁਸੀਂ ਮੇਰੇ ਗੁਰੂ ਹੋ ਮੰਗੇ ਸਾਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਗੀ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ